ਤਾ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਕੀ ਇੱਕ ਮਾਜ ਦੇ ਵੱਡੇ ਲੀਡਰ ਨੇ ਕਾਂਗਰਸੀ ਲੀਡਰ ਨੇ ਅੱਜ ਆਮ ਆਦਮੀ ਪਾਰਟੀ ਸ਼ਾਮਲ ਹੋ ਗਏ ਨੇ ਗੱਲਬਾਤ ਕਰ ਲਏ ਆ ਪਾਜੀ ਕੀ ਕਰ ਰਹੇ ਨੇ ਜੇ ਤੁਸੀਂ ਕਾਂਗਰਸ ਦਾ ਪੱਲਾ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਛੱਡਿਆ ਮੈਂ ਉੱਥੇ ਜਦੋਂ ਪ੍ਰੈਸ ਦੇ ਵਿੱਚ ਸਾਰਾ ਇੱਕ ਇੱਕ ਸਵਾਲ ਦਾ ਜਵਾਬ ਦਿੱਤਾ ਵੀ ਮੈਂ ਕਿਉਂ ਕੀਤਾ ਔਰ ਉਹਦੇ ਚ ਜੋ ਇਹਨਾਂ ਦੇ ਲੜਾਈਆਂ ਝਗੜੇ ਜਿਵੇਂ ਡਰੱਗ ਦਾ ਮੁੱਦਾ ਜਿਵੇਂ ਬੇਅਦਬੀਆਂ ਦਾ ਮੁੱਦਾ ਆਪਸੀ ਕਾਟੋ ਕਲੇਸ਼ ਸੋ ਇਹ ਇੱਕ ਮੇਨ ਕਾਰਨ ਸੀ ਕਿ ਜਿਨ੍ਹਾਂ ਕਰਕੇ ਮੈਂ ਪਰ ਕਾਂਗਰਸ ਨੇ ਡੈਮੇਜ ਕੰਟਰੋਲ ਕਰਨ ਦੀ ਕੋਸ਼ਿਸ਼ ਤਾਂ ਕੀਤੀ ਸੀਗੀ ਕਿਉਂਕਿ ਕੈਪਟਨ ਮਨਿੰਦਰ ਸਿੰਘ ਨੂੰ ਹਟਾ ਕੇ ਸੀਐਮ ਚੰਨੀ ਲਗਾ ਦਿੱਤਾ ਗਿਆ ਪਰ ਉਹ ਨਹੀਂ ਉਹਦੇ ਚ ਕੁਝ ਨਹੀਂ ਹੋ ਸਕਿਆ ਹਾਂ ਜੀ ਨਜੋ ਸਿੰਘ ਸਿੱਧੂ ਵੀ ਪ੍ਰਧਾਨ ਬਣੇ ਜਦੋਂ ਉਸਾ ਕਿਸੇ ਦੇਖਦੇ ਪਾਰਟੀ ਜਿਹੜੀ ਕਾਂਗਰਸ ਪਾਰਟੀ ਪੰਜਾਬ ਅੰਦਰ ਕਮਜ਼ੋਰ ਹੋਈ ਜਾਂ ਤਾਕਤਵਰ ਹੋਈ ਹੈ ਇਹ ਮੈਂ ਨਹੀਂ ਇਹਦੇ ਬਾਰੇ ਕੁਝ ਵੀ ਕਹਿ ਸਕਦਾ ਜੀ ਇਹ ਤੇ ਹੁਣ ਅੱਗੇ ਇਲੈਕਸ਼ਨਾਂ ਚ ਹੀ ਪਤਾ ਲੱਗੇਗਾ ਉਹ ਸਾਡੇ ਲੀਡਰ ਨੇ ਕਾਂਗਰਸ ਜਿਹੜੇ ਕਿ ਬੀਜੇਪੀ ਵੀ ਸ਼ਾਮਿਲ ਹੋ ਰਹੇ ਤੁਸੀਂ ਆਮਾ ਦੀ ਪਾਰਟੀ ਜੋਇਨ ਕੀਤੀ ਕਿਉਂ ਉਹ ਮੈਂ ਸੈਕੂਲਰ ਕਰੀਡੈਂਸ਼ੀਅਲ ਦਾ ਮੈਂ ਬੀਜੇਪੀ ਨਹੀਂ ਸੀ ਜੋਇਨ ਕਰ ਸਕਦਾ ਤਾਂ ਕੀ ਸਮਝਦੇ ਹੋ ਹੁਣ ਪ੍ਰਧਾਨ ਮੰਤਰੀ 5 ਤਰੀਕ ਨੂੰ ਇੱਥੇ ਪੰਜਾਬ ਅੰਦਰ ਆ ਰਹੇ ਨੇ ਕੀ ਸਮਝਦੇ ਹੋ ਵੀ ਹੋਰ ਵੀ ਲੀਡਰ ਜਿਹੜੇ ਨੇ ਉਹ ਵਾਜ ਆ ਰਹੀ ਵੀ ਕਾਂਗਰਸ ਦੇ ਵੱਡੇ ਲੀਡਰ ਦਿੱਗਰ ਜੀ ਲੀਡਰ ਬੀਜੇਪੀ ਸ਼ਾਮਲ ਕਰ ਸਕਦੇ ਹੈ ਇਹ ਇਹਦੇ ਬਾਰੇ ਤਾਂ ਉਹਨਾਂ ਨੂੰ ਪੁੱਛੋ ਜੀ ਜਿਹੜੇ ਉੱਤਰ ਜਾ ਰਹੇ ਨੇ ਲਾਲੀ ਜੀ ਕੀ ਕੀ ਏਜੰਡੇ ਕੀ ਰਹਿਣਗੇ ਮਜੀਠਾ ਹਲਕੇ ਤੁਸੀਂ ਪਹਿਲੇ ਵਿਕਰਮ ਸਿੰਘ ਮਜੀਠੀਆ ਵੱਡਾ ਨਾਮ ਨੇ ਉਹਨਾਂ ਦੇ ਖਿਲਾਫ ਹੀ ਲੜ ਚੁੱਕੇ ਹੋ ਵਿਕਾਸ ਕਿਸੇ ਨਾ ਕੋਈ ਲੜਾਈ ਝਗੜਾ ਨਹੀਂ ਹਰ ਤਰ੍ਹਾਂ ਦਾ ਜਿਹੜੇ ਲੋਕਾਂ ਦੇ ਆਪਸੀ ਮਤਭੇਦ ਨੇ ਉਹਨਾਂ ਨੂੰ ਖਤਮ ਕਰਨਾ ਬਸ ਵਿਕਰਮ ਵਿਕਰਮ ਮਜੀਠੀਆ ਵੱਡਾ ਨਾਮ ਹੈ ਮਜੀਠੇ ਹਲਕੇ ਦਾ ਉਹਦੇ ਖਿਲਾਫ ਤੁਸੀਂ ਇਲੈਕਸ਼ਨ ਲੜ ਚੁੱਕੇ ਹੋ ਹੁਣ ਕੀ ਫਿਕਸ ਮੈਚ ਵੇਖਣ ਨੂੰ ਮਿਲੇਗਾ ਜਾਂ ਲੜਾਈ ਸਿੱਧੀ ਆਮਣ ਸਾਹਮਣੇ ਕੀ ਫਿਕਸ ਮੈਚ ਨਹੀਂ ਹੋਏਗਾ ਪਲੀਜ਼ ਬਸ ਠੀਕ ਹੈ ਥੈਂਕ ਯੂ ਜੀ ਤਾਂ ਇਹ ਨੇ ਸੁਖਿੰਦਰ ਰਾਜ ਸਿੰਘ ਲਾਲੀ ਮਜੀਠੀਆ ਜਿਨ੍ਹਾਂ ਨੇ ਕਾਂਗਰਸ ਛੱਡ ਕੇ ਅੱਜ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਹੈ ਵੱਡਾ ਨਾਂ ਹੈ ਔਰ ਉਹਨਾਂ ਨੇ ਆਖਿਆ ਵੀ ਇਸ ਵਾਰ ਮਜੀਠੇ ਹਲਕੇ ਵਿੱਚ ਆਮਨੇ ਸਾਹਮਨੇ ਦੀ ਲੜਾਈ ਹੋਏਗੀ ਵਿਕਰਮ ਸਿੰਘ ਮਜੀਠੀਆ ਨਾਂ ਔਰ ਜੋ ਪਿੱਛੇ ਗੱਲ ਕੀਤੀ ਹੈ ਵੇ ਇਲਕਸ਼ਨਾਂ ਦੀ ਤਾਂ ਹੁਣ ਵਿਕਸ ਮੈਚ ਜਿਹੜਾ ਉਹ ਨਹੀਂ ਖੇਡੇ ਜਾਊਗਾ ਕਮਾ ਪਰਸਨ ਮੁਕੇਸ਼ ਬਾਬਾ ਨਾ ਸਿਕੰਦਰ ਪਸਰੀਚਾ ਧਾਨਿਕ ਸੁਰਾ ਟੀਵੀ ਅੰਮ੍ਰਿਤਸਰ

ਜੇ ਕਹਿਣੇ ਤੋਂ ਬਾਅਦ ਹੈ ਤੁਰੰਤ ਸੰਪਰਕ ਕਰੋ ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ ਅਲੀਸ਼ਾ ਬੇਗਮ

ਹੁਣੇ ਕਾਲ ਕਰੋ ਬਾਬਾ सलीम ਖਾਨ 9819937460